ਪੰਜਾਬ ਬੰਦ ਦੇ ਸੱਦੇ ਤੇ ਅੱਜ ਵਾਲਮੀਕਿ ਸਮਾਜ ਵੱਲੋਂ ਸੀਰੀਅਲ ਰਾਮ ਸੀਆ ਕੇ ਲਵਕੁਸ਼ ਵਿਰੁੱਧ ਰੋਸ ਮਾਰਚ ਕੱਢਿਆ ਗਿਆ। ਇਸ ਦੌਰਾਨ ਨਕੋਦਰ ਵਿੱਚ ਵਾਲਮੀਕਿ ਸਮਾਜ ਦੇ ਇੱਕ ਮੈਂਬਰ ਉੱਤੇ ਗੋਲੀ ਮਾਰ ਕੇ ਹਮਲਾ ਕੀਤਾ ਗਿਆ। ਦੱਸਿਆ ਜਾ ਰਿਹਾ ਹੈ ਕਿ ਉਕਤ ਮੈਂਬਰ ਨੇ ਦੁਕਾਨ ਬੰਦ ਕਰਨ ਵਾਸਤੇ ਦੁਕਾਨਦਾਰ ਨੂੰ ਅਪੀਲ ਕੀਤੀ, ਪਰ ਦੁਕਾਨਦਾਰ ਉਸਨੇ ਉਸ ਉੱਤੇ ਗੋਲੀ ਚਲਾ ਦਿੱਤੀ। ਉਸਦੇ ਸਾਥੀਆਂ ਵੱਲੋਂ ਉਸਨੂੰ ਜਲੰਧਰ ਦੇ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ ਅਤੇ ਉਹ ਜੇਰੇ ਇਲਾਜ ਹੈ। ਔਰ ਜਿਹੜਾ ਹੁਣ ਅੱਗੇ ਉਹ ਸਾਰਾ ਆਪਣਾ ਕੰਮ ਕਰਦੇ ਆ, ਪਤਾ ਲੱਗੂਗਾ ਵੀ ਵੱਡੀ ਕੀ ਚੱਲ ਰਿਹਾ। ਕੋਈ ਦੱਸਿਆ ਉਹਨਾਂ ਰਾਤ ਨੂੰ ਕੀ ਬਣਿਆ ਹੈ, ਜਿਹਦੇ ਕਰਕੇ ਗੋਲੀ ਕਿੰਨੀਆਂ ਲੱਗੀ ਹੈ ਡਾਕਟਰ ਨੇ ਤੁਹਾਨੂੰ ਕਰਵਾਈ? ਗੋਲੀ ਲੱਗੀ ਹੈ, ਬਾਕੀ ਹੁਣ ਦੇਖ ਰਹੇ ਹਾਂ ਡਾਕਟਰ ਨਾਲ ਚੱਲ ਰਿਹਾ, ਅੰਦਰ ਆਪਰੇਸ਼ਨ ਵਗੈਰਾ ਚੱਲ ਰਿਹਾ, ਉਹ ਜਿੰਨਾ ਚਿਰ ਕੰਪਲੀਟ ਹੋਊਗਾ ਫਿਰ ਹੀ ਪਤਾ ਲੱਗਣਾ, ਅੰਦਰ ਨਹੀਂ ਕੋਈ ਜਾ ਸਕਦਾ। ਇਤਿਹਾਸ ਦੀ ਛੇੜਛਾੜ ਕੀਤੀ ਗਈ ਸੀ ਉਹਦੇ ਰੋਸ ਦੇ ਵਿੱਚ, ਅੱਜ ਬੰਦ ਦੀ ਕਾਲ ਸੀਗੀ ਜੋ ਭਗਵਾਨ ਵਾਲਮੀਕਿ ਦਿਆਵਾਨ ਜੀ ਦਾ ਅੰਮ੍ਰਿਤਸਰ ਵਾਲਮੀਕਿ ਆਸ਼ਰਮ ਤੋਂ ਇਹ ਕਾਲ ਹੋਈ ਸੀਗੀ ਕਿ ਅੱਜ 7 ਤਰੀਕ ਨੂੰ ਬੰਦ ਦੀ ਕਾਲ ਆ। ਉਹਦੇ ਵਿੱਚ ਇਹ ਸਾਥੀ ਉੱਧਰ ਤੋਂ ਬੜੇ ਪੀਸਫੁਲੀ ਹੱਥ ਜੋੜ ਕੇ ਉਹਨੂੰ ਦੁਕਾਨਦਾਰ ਨੂੰ ਕਿਹਾ ਇਹਨਾਂ ਨੇ ਕਿ ਭਾਅ ਜੀ ਦੁਕਾਨ ਬੰਦ ਕਰ ਦਿਓ, ਕਿ ਸਾਰੇ ਲੋਕ ਬੰਦ ਕਰਦੇ ਪਏ ਆ, ਤੁਸੀਂ ਵੀ ਬੰਦ ਕਰ ਦਿਓ। ਤਾਂ ਉਹਨੇ ਕੁਛ ਨਹੀਂ ਪੁੱਛਿਆ, ਕਹਿੰਦੇ ਜੋ ਸਾਥੀਆਂ ਨੇ ਦੱਸਿਆ, ਉਹਨੇ ਪਿਸਤੌਲ ਕੱਢਿਆ, ਆਪਣਾ ਪਿਸਤੌਲ ਕੱਢ ਕੇ ਸਿੱਧੇ ਫਾਇਰ ਅਤੇ 8 ਫਾਇਰ ਹੋਇਆ, ਉਹਦੇ ਵਿੱਚੋਂ 1-2 ਪਤਾ ਨਹੀਂ 3 ਕਿੰਨੇ ਲੱਗੇ ਆ, ਇਹ ਤਾਂ ਹੁਣ ਡਾਕਟਰ ਦੱਸ ਸਕਦਾ। ਔਰ ਬੜੀ ਸੀਰੀਅਸ ਹਾਲਤ 'ਚ ਲੈ ਕੇ ਆਏ ਆ ਸਾਡੇ ਸਾਥੀ ਆ ਕੌਮੀ ਗਾਇਕ ਅਤੇ ਜੱਸਾ ਨਕੋਦਰੀਆ, ਕਿ ਜਿਹਨਾਂ ਨੇ ਸਾਨੂੰ ਫੋਨ ਕੀਤਾ ਕਿ ਇੱਦਾਂ ਦਾ ਸਾਥੀ ਦੀ ਗੋਲੀ ਲੱਗ ਗਈ ਆ, ਭਾਜੀ ਅਸੀਂ ਜਲੰਧਰ ਲੈ ਕੇ ਆ ਰਹੇ ਹਾਂ। ਧੰਨਵਾਦ ਭਾਜੀ, ਬਸ ਇੱਦਾਂ ਉਹ ਅੱਜ ਨਾ ਐਜੂਕੇਸ਼ਨ ਲੜ ਰਿਹਾ ਸੀ ਜਿਹੜਾ ਕਦਮ ਚੱਲ ਦੇ ਨਾਟਕ ਚੱਲ ਰਿਹਾ ਸੰਬੰਧ ਦੇ ਵਿੱਚ, ਤਾਂ ਉਹ ਬੜੇ ਸ਼ਾਂਤਮਈ ਢੰਗ ਦੇ ਨਾਲ ਨਕੋਦਰ ਦੇ ਵਿੱਚ ਪੀਸਫੁਲੀ ਕੰਮ ਸਾਰਾ ਹੋ ਰਿਹਾ ਸੀ। ਇਹ ਮੁੰਡਿਆਂ ਨੇ ਜਿੱਦਾਂ ਗਏ ਆ ਰਾਊਂਡ ਅਪ ਕਰ ਰਹੇ ਸੀ ਮੁੰਡੇ, ਇਹਨਾਂ ਨੇ ਜਾ ਕੇ ਜਦੋਂ ਦੇਖਿਆ ਤੁਸੀਂ ਦੁਕਾਨ ਦਾ ਸ਼ਟਰ ਖੁੱਲ੍ਹਾ, ਇਹਨਾਂ ਨੇ ਰਿਕੁਐਸਟ ਕੀਤੀ ਕਹਿੰਦੀ ਵੀ ਸਰ ਤੁਸੀਂ ਆਹ ਬੰਦ ਕਰ ਲਓ। ਉਹਨਾਂ ਨੇ ਕੋਈ ਗੱਲ ਨਹੀਂ ਕਿ ਕੋਈ ਬੰਦਾ ਕੋਠੇ ਉੱਪਰ ਬੈਠਾ ਸੀ, ਉਹਨੇ ਉੱਪਰੋਂ ਸਿਰਫ ਸਿੱਧਾ ਕੱਢ ਕੇ ਪੈਸਟਲ ਅਤੇ ਉਹਨੇ ਫਾਇਰ ਕਰਨੇ ਸ਼ੁਰੂ ਕੀਤੇ। ਕੀ ਨਾਮ ਬੰਦੇ ਦਾ ਜਿਹਨੇ ਗੋਲੀ ਚਲਾਈ ਹੈ, ਕੋਈ ਨਾਮ ਪਤਾ? ਉਹਦਾ ਨਾਂ ਨਹੀਂ ਸਰ ਪਤਾ, ਉਹਦਾ ਦੁਕਾਨ ਕਿਹੜੀ ਸੀ ਜੀ? ਦੁਕਾਨ ਕਿਹੜੀ ਸੀ? ਦੁਕਾਨ ਉਹਦੇ ਬਾਬੇ ਮਰਾਜ ਸ਼ਾਹ ਰੋਡ 'ਤੇ ਇੱਕਦਮ ਕਰਕੇ ਆ ਉਤਲਾ ਬਾਈਪਾਸ ਦੇ ਕੰਮ। ਅਤੇ ਹੁਣ ਕੀ ਕੰਡੀਸ਼ਨ ਆ ਮੁੰਡੇ ਦੀ? ਮੁੰਡਾ ਤਾਂ ਸਰ ਸੀਰੀਅਸ ਹੀ ਹਾਲੇ, ਹੁਣ ਪਰੇਡ ਚੱਲ ਰਿਹਾ ਹੁਣ ਬਾਕੀ। ਅਤੇ ਸਰ ਤੁਸੀਂ ਮੌਕੇ 'ਤੇ ਸੀਗੇ ਉਹ ਮੁੰਡੇ ਦੇ ਨਾਲ? ਹਾਂਜੀ, ਅਸੀਂ ਸਰ ਅਸੀਂ ਲੈ ਕੇ ਆਏ ਹਾਂ ਗੋਲੀ, ਅਸੀਂ ਪਹਿਲਾਂ ਅਸੀਂ ਕਮਲ ਹੋਸਪਿਟਲ ਗਏ, ਉੱਥੋਂ ਉਹਨਾਂ ਨੇ ਰੈਫਰ ਕਰਤਾ, ਉਹਨਾਂ ਨੇ ਵੀ ਉੱਥੇ ਤੁਸੀਂ ਲੈ ਜਾਓ ਸੀਰੀਅਸ ਚੱਲ ਰਿਹਾ।